ਆਉਜ਼ ਬਿੱਲਾਹ ਮਿਨੈ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਸਾਰੇ ਮੇਰੇ ਭਰਾਵਾਂ ਨੂੰ ਮੇਰੇ YouTube ਚੈਨਲ ਤੇ Facebook ਪੇਜ ਅਨਸਰ ਖਾਨ ਬਲੋਜ ਦੀ ਤਰਫੋਂ ਅਸਲਾਮੁਅਲੈਕਮ ਤੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਬਿਜ਼ਨਸ ਦੀ ਵੀਡੀਓ ਲੈ ਕੇ ਆਏ ਆ ਜਿੰਦੇ ਤੁਹਾਨੂੰ ਅਸੀਂ ਦੱਸਾਂਗੇ ਵੀ ਜਵਾ ਜਵਾ ਕਿਵੇਂ ਕਾਸ਼ਤ ਕਰੀਦਾ ਤੇ ਉਹਦੇ ਤੇ ਕਿੰਨੀ ਲਾਗਤ ਆ ਜਾਂਦੀ ਹੈ ਤੇ ਅੱਜ ਇਹ ਜਵਾ ਜਿਹੜਾ ਨਾ ਇਹ ਮੇਰਾ ਜਵਾ ਹੈ ਠੀਕ ਹੈ ਤੁਹਾਨੂੰ ਆਪਣੇ ਰਕਬੇ ਦੇ ਵਿੱਚ ਲੈ ਕੇ ਆਏ ਆ ਤੇ ਆਪਣਾ ਐਕਸਪੀਰੀਅੰਸ ਦੱਸਾਂਗੇ ਬੀਹ ਦਾ ਐਕਸਪੀਰੀਅੰਸ ਕੀ ਸਾਡਾ ਰਿਹਾ ਕਿਉਂਕਿ ਅਸੀਂ ਆਲੂ ਨਹੀਂ ਲਾਏ ਇਸ ਦਫਾ ਅਸੀਂ ਕਿਹਾ ਵੀ ਜਵਾ ਕਾਸ਼ਤ ਕਰੀਏ ਉਸ ਤੋਂ ਬਾਅਦ ਟਾਈਮ ਨਾਲ ਉਤੋਂ ਮੱਕੀ ਆ ਜਾਏਗੀ ਅੱਛਾ ਜੀ ਇਹ ਜਿਹੜਾ ਨਾ ਤੁਹਾਨੂੰ 10 ਏਕੜ ਜ ਇਹ ਜਵਾ ਅਸੀਂ ਬੀਜਿਆ ਠੀਕ ਹੈ ਇਹ ਜਿਹੜਾ ਤੁਹਾਨੂੰ ਕੈਮਰੇ ਦੀ ਅੱਖ ਭਾ ਰਹੀ ਹੈ 10 ਏਕੜ ਜਵਾ ਹੇ ਪਿੱਛੇ ਵੀ ਉਹ ਤੋੜ ਤੱਕ ਠੀਕ ਹੋ ਗਿਆ 10 ਏਕੜ ਜਵੈ ਜੀ 30 ਕਿਲੋ ਅਸੀਂ 20 ਪਾਇਆ ਜਵੇ ਦਾ 1 ਏਕੜ 'ਚ 30 ਕਿਲੋ ਬੀਜ 1 ਕਿਲੋ ਬੀਜ ਸਾਨੂੰ 200 ਰੁਪਏ ਦਾ ਪਿਆ ਠੀਕ ਹੋ ਗਿਆ ਯਾਨੀ ਕਿ 3 2 6 6000 ਦਾ ਕਿੱਲੇ ਦਾ ਬੀ ਬਣਿਆ ਸਾਡਾ ਤੇ 10 6 60 6000 ਦਾ 10 ਕਿੱਲਾਂ ਦਾ ਬੀ ਸਹੀ ਹੈ ਤੇ ਥੱਲੇ ਅਸੀਂ ਕੋਈ ਡੀਏਪੀ ਵਗੈਰਾ ਨਹੀਂ ਪਾਈ ਉੱਤੇ ਅਸੀਂ ਇੱਕ ਇੱਕ ਇਹਨੂੰ ਯੂਰੀਆ ਲਾਈ ਹੈ ਠੀਕ ਹੈ ਇਹ ਦੇਖੋ ਗਰੋਥ ਇਹ ਚੈੱਕ ਕਰੋ ਇਹ ਵੇਖੋ ਸਹੀ ਹੈ ਇਹ ਗਰੋਥ ਚੈੱਕ ਕਰੋ ਮਾਸ਼ਾਅੱਲਾ ਇੱਕ ਯੂਰੀਆ ਲਾਈ ਹੈ ਬਸ 5000 ਦੀ ਤੇ ਹੁਣ ਇੱਕ ਹੋਰ ਬੋਰੀ ਅਸੀਂ ਲਾਵਾਂਗੇ ਠੀਕ ਹੈ ਉਹ ਹੁਣ ਅਸੀਂ ਸੋਚੀ ਖਾਲੇ ਕਿ ਜ਼ਬਰਦਸਤ ਲਾਈਏ ਇਹਨੇ ਕਿ ਜ਼ਬਰਦਸਤ ਦੀ ਇੱਕ ਬੋਰੀ ਲਾਵਾਂਗੇ ਬਸ ਇਸ ਤੋਂ ਬਾਅਦ ਇਹਦੀ ਗ੍ਰੋਥ ਜਿੰਨੀ ਹੋ ਗਈ ਠੀਕ ਹੈ ਤੇ 20ਾਂ ਤੋਂ 25 ਦਿਨਾਂ ਬਾਅਦ ਅਸੀਂ ਨੂੰ ਜਿਹੜਾ ਨਾ ਵਡਾ ਦੇਣਾ ਵੇਚ ਦੇਣਾ ਜਿਹੜਾ ਰੇਟ ਚੱਲ ਰਿਹਾ ਅੱਜ ਸਾਡੀ ਸਾਡੇ ਪਿੰਡ ਦੇ ਚ ਸਾਡੇ ਇਲਾਕੇ ਦੇ ਵਿੱਚ ਉਹ 15000 ਤੋਂ ਲੈ ਕੇ 20000 ਕਨਾਲ ਦਾ ਚੱਲ ਰਿਹਾ ਜਵੇਦ ਠੀਕ ਹੈ ਤੁਹਾਡੇ ਭਰਾਵਾਂ ਦਾ ਸਾਨੂੰ ਰੇਟ ਨਹੀਂ ਪਤਾ ਵੀ ਆਪਣੇ ਦੂਸਰੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਹਫਜ਼ਾਬਾਦ ਹੋ ਗਿਆ ਸਾਈਵਾਲ ਹੋ ਗਿਆ ਲੌਰ ਹੋ ਗਿਆ ਸ਼ਹਿੂਪੁਰਾ ਹੋ ਗਿਆ ਸਿੰਧ ਵਿੱਚੋਂ ਵੀ ਲੋਕ ਵੇਂਦੇ ਨੇ ਤੇ ਸਾਨੂੰ ਰੇਡ ਦਾ ਨਹੀਂ ਪਤਾ ਤੁਹਾਨੂੰ ਅਸੀਂ ਉਕਾੜਾ ਦਾ ਰੇਡ ਦੱਸਨੇ ਸਾਡੇ ਇਲਾਕੇ ਦੇ ਵਿੱਚ 15000 ਤੋਂ ਲੈ ਕੇ 20000 ਦੀ ਕਨਾਲ ਵੇਖ ਰਹੀ ਤੁਸੀਂ 15000 ਕਰੋ ਤੇ ਤਕਰੀਬਨ ਲੱਖ ਤੋਂ ਕਿਲਾ ਵੱਧ ਹੈ ਠੀਕ ਹੈ ਤੇ ਇਹਦੇ ਜ ਆਪਣੀ ਜਿਹੜੀ ਲਾਗਤ ਆਈ ਹੈ ਦੋ ਪਾਣੀ ਇਹਨੂੰ ਲੱਗਣੇ ਨੇ ਤਿੰਨ ਤੇ ਬਾਬੂ ਆਪਣਾ ਟਰੈਕਟਰ ਹੈ ਆਪਣੀ ਭਾਈ ਯਾਨੀ ਕਿ ਜ਼ਮੀਨ ਵੀ ਹੈ ਤੇ ਸਿਰਫ ਸਾਡਾ 30 ਸਰ ਵੀ ਤੇ ਦੋ ਜਿਹੜੀਆਂ ਬੋਰੀਆਂ ਨੇ ਅਸੀਂ ਉਹ ਯੂਰੀਆ ਦੀਆਂ ਲਾਈਆਂ ਨੇ ਬਸ ਇਹ ਖਰਚਾ ਲੱਗਣਾ ਇੱਕ ਬੋਰੀ ਲਾ ਚੁੱਕੇ ਆ ਇੱਕ ਬੋਰੀ ਹੋਰ ਕਾ ਇਹਦੇ ਇਹਦੇ ਤੇ ਲਾਵਾਂਗੇ ਤੇ ਇਹ ਸਾਡੇ ਤੇ ਖਰਚਾ ਆਇਆ ਇਹਦੇ ਜਵੇ ਦੇ ਉੱਤੇ ਤੇ ਤੁਸੀਂ ਆਪੇ ਵੇਖ ਲਓ ਇਹਦੀ ਮਾਸ਼ਾਅੱਲਾ ਬਚਤ ਕੀ ਆ ਸਕਦੀ ਤੇ ਮੈਂ ਤਾਂ ਕਹਿਣਾ ਭਰਾਵਾਂ ਨੂੰ ਇਸ ਤਰ੍ਹਾਂ ਵੀ ਆਉਣਾ ਚਾਹੀਦਾ ਕਿਉਂਕਿ ਜਵੇ ਦੇ ਵਿੱਚ ਵੀ ਅੱਛੀ ਜਿਹੜੀ ਹੈ ਨਾ ਬਚਤ ਅੱਛੀ ਪ੍ਰੋਫਿਟ ਆ ਰਹੀ ਹੈ ਤੇ ਇੱਕ ਤਾਂ ਇਹ ਜਲਦੀ ਨਾਲ ਜਿਹੜਾ ਨਾ ਵਰਦੀ ਜਾਂਦਾ ਤੇ ਇਹਦੇ ਤੋਂ ਬੰਦਾ ਛੇਤੀ ਛੇਤੀ ਮਕਈ ਵਿਕਾਸ ਤਕਾਰ ਲੈਂਦਾ ਠੀਕ ਹੈ ਅਸੀਂ ਹੁਣਾਂ ਮਹੀਨੇ ਦੇ ਵਿੱਚ ਵਿੱਚ ਇਹਦੀ ਜਿਹੜੇ ਨਾ ਇਹਨੂੰ ਵਡਾ ਕੇ ਸਾਈਡ ਤੇ ਕਰ ਦੇਣਾ ਤੇ ਟਾਈਮ ਦੇ ਨਾਲ ਮਕਈ ਬੀਜ ਕੇ ਤੇ ਉਹਨੂੰ ਟਾਈਮ ਦੇ ਨਾਲ ਵਡਾ ਕੇ ਜੇ ਫਿਰ ਟਾਈਮ ਦੇ ਨਾਲ ਇਹ ਹਾਈਬ੍ਰਿਡ ਜਿਹੜਾ ਨਾ ਅਸੀਂ ਮੁੰਜੀ ਲਾਵਣੀ ਇਹ ਮੇਰੀ ਵੀਡੀਓ ਸੀ ਮੈਂ ਹੈ ਭਾਈ ਇਹਨਾਂ ਨੂੰ ਜਵੇਦੇ ਬਾਰੇ ਵੀ ਜਿਹੜਾ ਇਨਫਾਰਮੇਸ਼ਨ ਦੇਈਏ ਵੀ ਇਹ ਜਵੇਦੀ ਕਾਸ਼ਤ ਜਿਹੜੀ ਹੈ ਨਾ ਇਹਦੇ ਤੇ ਕਿੰਨੀ ਲਾਗਤ ਆ ਜਾਂਦੀ ਏ ਤੇ ਕਿੰਨੀ ਇਹਦੇ ਤੇ ਪ੍ਰੋਫਿਟ ਆ ਜਾਂਦੀ ਤੇ ਇਨਸ਼ਾਅੱਲਾ ਉਮੀਦ ਹੈ ਵੀ 70 60 ਤੋਂ 70 ਹਜ਼ਾਰ ਕਿੱਲੇ ਦੇ ਪਿੱਛੇ ਸਾਨੂੰ ਬਚ ਜਾਏਗਾ ਤੇ ਕੋਈ ਇੰਨੀ ਖੇਚਲ ਖਾਦ ਵੀ ਨਹੀਂ ਨਾ ਕੋਈ ਸਪਰੇਅ ਕਰਨਾ ਪਿਆ ਠੀਕ ਹੈ ਨਾ ਕੋਈ ਆਲਵਾ ਤਰ੍ਹਾਂ ਬੀਜ ਲੈ ਆਉਣਾ ਪਿਆ ਲੰਮਾ ਤੇ ਹੁਣ ਤੁਸੀਂ ਵੇਹਦੇ ਪੈ ਜੀ ਆਲਵਾ ਦੇ ਵੀ ਬੁਰੇ ਹਾਲ ਤੇ ਉਮੀਦ ਕਰਨਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਤੇ ਅਗਰ ਸਾਡੀ ਵੀਡੀਓ ਪਸੰਦ ਆਈ ਏ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ